ਬੰਦਾ 8 ਘੰਟੇ 10 ਘੰਟੇ ਮਜ਼ਦੂਰੀ ਕਰਕੇ ਆਉਂਦਾ, ਗੋਰਾ ਹੋਵੇ, ਅਰਬੀ ਹੋਵੇ, ਕਫੀਲ ਹੋਵੇ, ਅਰਬਾਬ ਹੋਵੇ ਜਾਂ ਕੋਈ ਵੀ ਪੈਰਾਸ਼ਦ, ਮਜ਼ਦੂਰੀ ਕਰਕੇ ਆਇਆ, ਮਿਹਨਤ ਕਰਕੇ ਆਇਆ, ਘੁਸ ਕੇ ਆਇਆ ਯਾਰ ਉੱਥੇ ਜੀ। ਇੰਨੀ ਮਿਹਨਤ ਤੁਸੀਂ ਕਰ ਲਈਏ ਤੇ ਜਦੋਂ ਤੁਸੀਂ ਘਰ ਆਏ ਹੋ ਤੇ 10 ਮਿੰਟ ਲੱਗਦੇ ਨੇ ਲੈਟਰੀਨ ਸਾਫ਼ ਕਰਦੇ ਆ, ਆਪਣਾ ਬਿਸਤਰਾ ਫੰਡਦੇ ਆ, ਪਰੋਲੀ ਮਾਰਦੇ ਆ, ਮੱਠਾ ਜਿਹਾ ਸਕੂਪਾ ਮਾਰਦੇ ਆ, ਬੁਰਸ਼ ਮਾਰ ਕੇ ਸਫਾਈ ਸੁਥਰਾਈ ਕਰ ਲਈ। ਇੰਨੇ ਆਲਕੀ ਬੰਦੇ ਨੇ ਖਾਸ ਕਰ ਸਾਡੇ ਪਾਕਿਸਤਾਨੀ ਕਿ ਮਤਲਬ ਉਹ ਬਾਹਰ ਇੰਨਾ ਕੰਮ ਕਰ ਆਉਂਦੇ ਨੇ, ਘਰ ਕਰਦੇ ਨਾਲ ਦੇ ਬੰਦੇ ਦਾ ਇੰਤਜ਼ਾਰ ਕਰਦੇ, ਤਾਂ ਯਾਰ ਆਉਂਦਾ ਆਪੇ ਉਹ ਕਰਦਾ, ਆਪੇ ਉਹ ਕਰਦਾ। ਯਾਨੀ ਕੁੱਤਾ ਜਿਹੜਾ ਬੰਦਾ ਬੁਸ਼ਲ ਮਾਰ ਕੇ ਬੰਦਾ, ਬੁਸ਼ਲ ਮਾਰ ਕੇ ਬੰਦਾ, ਇਹ ਕੀ ਹੈ? ਹਾਂ ਇਹ ਜਹਿਲੀਅਤ ਹੈ, ਇਹ ਜਹਿਲੀਅਤ ਹੈ। ਔਰ ਮੈਂ ਇਹਨੂੰ ਆਨਾ ਕਿ ਆਪਣੀ ਗਲਤ ਤਰਬੀਅਤ ਦਾ ਸਬੂਤ, ਨਾਦਾਨ ਬੰਦੇ ਉਹ ਨੇ ਕਿ ਜਿਹੜੇ ਜਿੱਥੇ ਰਹਿੰਦੇ ਨੇ ਉਹ ਆਪਣੀ ਸਫਾਈ ਨਹੀਂ ਰੱਖਦੇ। ਮੈਂ ਇੱਕ ਵਾਰੀ ਫੇਰ ਕੈਮਰੇ ਦੀ ਵਸਾਤਤ ਦੇ ਨਾਲ ਦੁਬਈ ਵਾਲਿਆਂ ਨੂੰ, ਸਾਊਦੀ ਵਾਲਿਆਂ ਨੂੰ, ਕਤਰ, ਬਹਿਰੀਨ, ਓਮਾਨ ਵਾਲਿਆਂ ਨੂੰ, ਯੂਨਾਨ, ਇਟਲੀ, ਸਪੇਨ, ਜਰਮਨ, ਨਾਰਵੇ, ਡੈਨਮਾਰਕ, ਅਮੈਰੀਕਾ, ਕੈਨੇਡਾ, ਯੂਕੇ, ਸਾਰਿਆਂ ਜਿੰਨੇ ਵੀ ਪਰਦੇਸੀ ਨੇ ਸਾਰਿਆਂ ਨੂੰ ਪੈਗਾਮ ਦੇਣਾ ਕਿ ਯਾਰ ਜਿੱਥੇ ਰਹਿੰਦੇ ਹੋ ਆਪਣੀ ਸਪੀਤੀ, ਆਪਣਾ ਰੂਮ, ਆਪਣਾ ਘਰ ਸਾਫ਼ ਰੱਖੋ, ਆਪਣਾ ਕਿਚਨ, ਆਪਣਾ ਬਾਥਰੂਮ ਸਾਫ਼ ਰੱਖੋ। ਜਦੋਂ ਆਪਣਾ ਤੁਸੀਂ ਰਹਿਣ ਸਹਿਣ ਸਾਫ਼ ਰੱਖੋਗੇ ਤੁਹਾਡਾ ਦਿਮਾਗ ਫਰੈਸ਼ ਰਹੇਗਾ, ਹਸ਼ਾਸ਼ ਵਿਸ਼ਾਸ ਰਹੇਗਾ, ਔਰ ਇੱਕ ਦੂਜੇ ਨਾਲ ਜ਼ਿੱਦ ਨਾ ਕਰੋ। ਤੁਹਾਡੀ ਸਪੀਤੀ ਦੇ ਵਿੱਚ, ਤੁਹਾਡੇ ਰੂਮ ਦੇ ਵਿੱਚ ਮਿਸਾਲ ਦੇ ਤੌਰ 'ਤੇ ਤੁਸੀਂ 10 ਬੰਦੇ ਰਹਿੰਦੇ ਹੋ ਅਤੇ ਤੁਹਾਡੇ 10 ਦੇ ਵਿੱਚੋਂ ਕਿਸੇ ਇੱਕ ਦਾ ਵੀ ਪ੍ਰਾਹੁਣਾ ਆਉਂਦਾ ਨਾ, ਅਤੇ ਤੁਸੀਂ ਉਹਦੇ ਨਾਲ ਇੰਝ ਦਾ ਬਿਹੇਵ, ਇੰਝ ਦਾ ਸਲੂਕ ਕਰਿਆ ਕਰੋ ਕਿ ਜਿਵੇਂ ਉਹਦਾ ਪ੍ਰਾਹੁਣਾ ਹੈ ਇਹ ਸਾਡਾ ਪ੍ਰਾਹੁਣਾ ਹੈ। ਫਿਰ ਜਦੋਂ ਤੁਹਾਡਾ ਪ੍ਰਾਹੁਣਾ ਆਵੇਗਾ ਮਿਲਣ ਵਾਸਤੇ ਤਾਂ ਦੂਜੇ ਵੀ ਫਿਰ ਇੰਝ ਦਾ ਸਲੂਕ ਕਰਨ ਕਿ ਜਿਵੇਂ ਇਹ ਸਾਡਾ ਪ੍ਰਾਹੁਣਾ। ਇਹਨੂੰ ਆਉਂਦੇ ਨੇ ਭਾਈਚਾਰਾ। ਉਹ ਜਾਵੇ ਤਾਂ ਉਹਨੂੰ ਯਾਦ ਰੱਖੇ, ਯਾਦ ਰੱਖੇ ਯਾਰ ਬਹੁਤ ਫਾਕ ਉੱਤੇ ਐਵੇਂ ਤੇ ਨਹੀਂ ਨਾ। ਮੀਆਂ ਸਾਹਿਬ ਆਖਿਆ ਵੀ ਰੱਖੋ ਬੰਦਿਆ ਦੁਨੀਆ ਉੱਤੇ ਐਸਾ ਬਹਿਣ ਕਲੋਣ, ਕੋਲ ਹੋਵੇ ਤੇ ਸਾਰੇ ਹੀ ਹੱਸਣ, ਦੂਰ ਜਾਵੇ ਤੇ ਰੋਣ। ਜਿੰਨੇ ਵੀ ਮੇਰੇ ਦੋਸਤ ਵੇਖ ਰਹੇ ਨੇ, ਚਾਹੇ ਕੋਈ ਯੂਨਾਨ ਹੈ, ਜਰਮਨ ਹੈ, ਇਟਲੀ ਹੈ, ਸਪੇਨ ਹੈ, ਡੈਨਮਾਰਕ ਹੈ, ਕੈਨੇਡਾ ਹੈ, ਅਮੈਰੀਕਾ ਹੈ, ਦੁਬਈ ਹੈ, ਸਾਊਦੀ ਹੈ, ਕਤਰ, ਓਮਾਨ, ਬਹਿਰੀਨ, ਜਿੱਥੇ ਵੀ ਬਹਿ ਕੇ ਤੁਸੀਂ ਵਹਿੰਦੇ ਹੋ ਪਏ, ਮੈਂ ਗੁਜ਼ਾਰਿਸ਼ ਇਹ ਕਰਾਂਗਾ ਕਿ ਜਦੋਂ ਤੁਸੀਂ ਪਾਕਿਸਤਾਨ ਨੂੰ ਜਾਣ ਲੱਗਦੇ ਹੋ ਨਾ, ਚਾਹੇ ਡੈਂਕੀ ਲਾਉਣ ਲੱਗਦੇ ਹੋ ਜਾਂ ਜਹਾਜ਼ 'ਤੇ ਬਾਈ ਏਅਰ ਜਾਣ ਲੱਗਦੇ ਹੋ, ਆਪਣੀ ਚਦਰਾ ਵਾਲੀ ਚਾਦਰ ਇੱਥੇ ਪਾਕਿਸਤਾਨ ਹੀ ਸੁੱਟ ਕੇ ਜਾਇਆ ਕਰੋ। ਉੱਥੇ ਜਦੋਂ ਜਾਣਾ ਤੁਸਾਂ, ਉੱਥੇ ਇੱਕ ਕੰਮ ਕਰਨ ਵਾਲਾ ਕਾਮਾ ਬਣ ਕੇ ਅਤੇ ਦਿਲ ਲਾ ਕੇ ਮਿਹਨਤ ਕਰੋ। ਔਰ ਇਹ ਕਹਿ ਵੀ ਮੈਂ ਮਸ਼ਵਰਾ ਦਿਆਂਗਾ, ਗੁਜ਼ਾਰਿਸ਼ ਹੈ, ਕੋਈ ਜ਼ਬਰਦਸਤੀ ਨਹੀਂ। ਦਿਲ ਕਰੇ ਤਾਂ ਮੰਨ ਲਿਓ, ਨਾ ਦਿਲ ਕਰੇ ਤਾਂ ਨਾ ਮੰਨਿਓ ਯਾਰ। ਉਂਝ ਉੱਥੇ ਭਾਵੇਂ ਤੁਸੀਂ ਯੂਰੋ ਕਮਾ ਰਹੇ ਹੋ, ਡਾਲਰ, ਪਾਊਂਡ, ਦਿਰਮ, ਦਿਨਾਰ, ਰਿਆਲ, ਜੋ ਵੀ ਕਮਾ ਰਹੇ ਹੋ ਨਾ, ਕਮਾਉਣਾ ਬੜੀ ਬਾਤ ਹੈ, ਲੇਕਿਨ ਕਮਾਉਣ ਨਾਲੋਂ ਜ਼ਿਆਦਾ ਬਚਾਉਣਾ ਬੜੀ ਬਾਤ ਹੈ। ਬਿਲਕੁਲ ਘੁੰਮਣ ਸਾਹਿਬ, ਬੰਦਿਆਂ ਨੇ ਬੜਾ ਬੜਾ ਰੁਪਈਆ ਕਮਾਇਆ, ਕਮਾ ਕੇ ਉੱਥੇ ਹੀ ਉਜਾੜ ਛੱਡਿਆ। ਮਿਸਾਲ ਦਿੰਦੇ ਹਾਂ ਨਾ, ਸਾਡੇ ਕੋਲ ਕੁਝ ਜੀ ਐਸੇ ਸਨ, ਮੇਰੇ ਅੱਖਾਂ ਦੇ ਸਾਹਮਣੇ, ਉਹਨਾਂ ਦੇ ਚਿਹਰੇ ਵੀ ਅੱਖਾਂ ਦੇ ਸਾਹਮਣੇ ਨੇ, ਕਿ 80-80 ਯੂਰੋ ਦਿਹਾੜੀ ਲਾਉਂਦੇ ਸਨ, 80-80 ਯੂਰੋ ਉਹਨਾਂ ਹਫ਼ਤਾ ਕਮਾਉਣਾ, ਗੋਰਿਆਂ ਵਾਂਗੂ ਨਾ ਹਫ਼ਤਾ ਕਮਾਉਣਾ ਉਹਨਾਂ, ਅਤੇ ਹਫ਼ਤੇ ਇਤਵਾਰ ਵਾਲੇ ਦਿਨ ਉਹਨਾਂ ਉਹ ਸਾਰਾ ਹੀ ਖਾ ਛੱਡਣਾ। ਕੁਝ ਪੈਸੇ ਉਹਨਾਂ ਮਹੀਨੇ ਬਾਅਦ ਜਾਂ ਮਤਲਬ 6-6 ਮਹੀਨਿਆਂ ਬਾਅਦ ਕੁਝ ਥੋੜ੍ਹੇ ਜਿਹੇ ਪੈਸੇ ਉਹਨਾਂ ਘਰ ਕੱਢਣੇ, ਬਾਕੀ ਉਹਨਾਂ ਸਾਰੇ ਉੱਥੇ ਅਯਾਸ਼ੀ ਕਰਨੀ। ਮੈਂ ਇੱਥੇ ਗੱਲ ਆਪਣੀ ਖਤਮ ਕਰਾਂਗਾ ਕਿ ਘੁੰਮਣ ਸਾਹਿਬ, ਉਹ ਜਿਵੇਂ ਬੰਦੇ ਗਏ ਉਂਝ ਹੀ ਉਹ ਖਾਲੀ ਵਾਪਸ ਆਏ। ਕੀ ਫਾਇਦਾ ਯਾਰ ਪਰਦੇਸ ਕੱਟਣ ਦਾ?